ਇੱਥੇ ਅਮਨ ਅਤੇ ਸ਼ਾਂਤੀ ਚਾਹੁੰਦੇ ਹਾਂ। ਅੱਜ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ। ਇਹ ਏਡਾ ਪੰਥਕ ਆ, ਇਹਨੂੰ ਆਪ ਨੂੰ ਪੱਗ ਵੀ ਨਹੀਂ ਬੰਨਣੀ ਹੁੰਦੀ। 18,000 ਤੇ ਬੰਦਾ ਰੱਖਿਆ, ਦਿਹਾੜੀ 'ਚ 3 ਵਾਰੀ ਪੀਂਦਾ ਪਰ ਮੁੱਕਦੀ ਫਿਰ ਵੀ ਨਹੀਂ। ਉਹਦੇ ਸਾਰੇ ਸਾਂਢੂ ਹੀ ਨਸ਼ਾ ਤਸਕਰ, ਉਹਦੇ ਸਾਰੇ ਸਾਥੀ ਨਸ਼ਾ ਤਸਕਰ, ਇਹਦੇ ਏਡੇ ਮਾੜੇ ਹਾਲਾਤ ਆ। ਪੱਟੀ 'ਚੋਂ ਜਮਾਨਤ ਜ਼ਬਤ ਹੋ ਗਈ। ਵਿਰਸਾ ਸਿੰਘ ਵਲਟੋਵਾ ਵੀ ਅਤੇ ਮਜੀਠੀਆ ਵੀ ਕਹਿੰਦਾ ਜੀਰੇ ਦਾ ਕੱਦ ਨਿੱਕਾ, ਅਤੇ ਮੈਂ ਕਿਹਾ ਟਾਵਰ ਜ਼ਰੂਰ ਛੋਟਾ ਪਰ ਰੇਂਜ ਬੜੀ ਹੈ। ਟੋਪ ਟੈਸਟ ਕਰਾਓ ਜੇ ਤੂੰ ਸੁਖਬੀਰ ਬਾਦਲ ਨੂੰ ਕਿਹਾ ਸੀ, ਅਤੇ ਭੱਜਿਆ ਕਿਉਂ? ਹੁਣ ਸੁਖਬੀਰ ਭੱਜਿਆ, ਜੀਰੇ ਨੇ ਤੋਂ ਵੀ ਕਰਾਇਆ ਕਿ ਅਸੀਂ MLA 27 ਮਹੀਨਿਆਂ 'ਚ ਇਹਨਾਂ ਦੀ ਪਹਿਚਾਣ ਹੀ ਨਹੀਂ ਹੋਈ। ਅਤੇ ਤੁਸੀਂ ਆਪੇ ਦੱਸੋ ਜੇ MLA ਨੂੰ ਗੇਟ 'ਚੋਂ ਨਹੀਂ ਲੰਘਣ ਦਿੰਦੇਗੇ ਤਾਂ ਕਿਸੇ ਗਰੀਬ ਦਾ ਮੋਟਰਸਾਈਕਲ ਕੀ ਛਡਾਉਣਗੇ? ਮੈਂ ਵਿਰਸਾ ਸਿੰਘ ਜੀ ਨੂੰ ਇਹ ਸਲਾਹ ਦੇਣੀ ਚਾਹੁੰਦਾ ਕਿ ਪਹਿਲੀ ਗੱਲ ਤਾਂ ਪੰਥਕ ਕਹਿਣ ਨੂੰ ਹਟ ਜਾਓ, ਇਹਨੂੰ ਕਹੇ ਹਰੀਕੇ ਠਾਣੇ ਬੰਦਾ ਛੁਡਾ ਦੇ, ਨਾ ਕਿ ਤੂੰ ਮੋਟਰਸਾਈਕਲ ਨਹੀਂ ਇਹਨਾਂ ਤੋਂ ਛੁੱਟਦਾ, ਆਹ ਹਾਲਾਤ ਆ ਝਾੜੂ ਵਾਲਿਆਂ ਦਾ। ਜਦੋਂ ਅਸੀਂ ਇੱਕ ਨਵਾਂ ਪੰਥਕ ਚਿਹਰਾ ਵੇਖਿਆ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਠਾਣੇ 'ਚ ਲੈ ਕੇ ਜਾ ਰਿਹਾ ਪਰਚਾ ਕੰਸਲ, ਅਤੇ ਅਸੀਂ ਇਹੋ ਜਿਹਾ ਮਾਹੌਲ ਨਹੀਂ ਚਾਹੁੰਦੇ ਕਿ ਕੱਲ੍ਹ ਨੂੰ ਪੁਲਿਸ ਸਾਡੇ 'ਤੇ ਕੋਈ ਕਾਰਵਾਈ ਕਰੇ ਤਾਂ ਅਸੀਂ ਗੁਟਕਾ ਸਾਹਿਬ ਜੇਬ 'ਚ ਪਾਈ ਫਿਰਿਆ ਕਰੀਏ। ਉਹ ਜਿਵੇਂ ਹਰਸਿਮਰਤ ਨੇ ਬਿਆਨ ਦਿੱਤਾ ਸੀ ਨਾ, ਜਿਹਨੇ ਬੇਅਦਬੀ ਕਰਾਈ ਗੁਰੂ ਨਾਲ, ਧੋਖਾ ਕੀਤਾ ਹੋਵੇ ਉਹਦਾ ਕੱਖ ਨਾ ਰਹੇ। ਆਦਿ ਬਾਦਲਾਂ ਦਾ ਕੱਖ ਨਹੀਂ ਰਿਹਾ, ਕੈਪਟਨ ਸਾਹਿਬ ਦਾ ਵੀ ਕੱਖ ਨਹੀਂ ਰਿਹਾ, ਜਮਾਨਤ ਜ਼ਬਤ ਹੋ ਗਈ, ਗਾਂਹ ਘਰ ਵਾਲੀ ਦੀ ਹੋ ਜਾਣੀ। ਜੇ ਮੋਦੀ ਸਾਹਿਬ ਆਏ ਤਾਂ ਉਹਨਾਂ ਨੇ ਗੱਲ ਕਹੀ ਕਿ ਮੈਂ ਇੱਕ ਚਾਹ ਬਣਾਉਣ ਵਾਲਾ, ਅਤੇ ਮੇਰੇ ਹਿਸਾਬ ਨਾਲ ਮੋਦੀ ਨੂੰ ਚਾਹ ਬਣਾਉਣੀ ਵੀ ਨਹੀਂ ਆਉਂਦੀ। ਖਡੂਰ ਸਾਹਿਬ ਪੰਥਕ ਸੀਟ 'ਤੇ ਕਿਸ ਤਰ੍ਹਾਂ ਦੀ ਸਿਆਸਤ ਚੱਲ ਰਹੀ ਹੈ ਅਤੇ ਲੋਕ ਕਿਸ ਦੇ ਹੱਕ 'ਚ ਫਤਵਾ ਦੇਣਗੇ? ਕਾਂਗਰਸ ਉਮੀਦਵਾਰ ਕੁਲਵੀਰ ਸਿੰਘ ਜੀਰਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਜੀਰਾ ਸਾਹਿਬ, ਪੰਥਕ ਸੀਟ ਖਡੂਰ ਸਾਹਿਬ ਕਿਵੇਂ ਦੇਖਦੇ ਹੋ ਇਸ ਦੀ ਸਿਆਸਤ ਨੂੰ, ਕਿਉਂਕਿ ਲਗਾਤਾਰ ਤੁਸੀਂ ਹੁਣ ਚੋਣ ਪ੍ਰਚਾਰ 'ਚ ਲੱਗੇ ਹੋਏ ਹੋ, ਕੀ ਸਮਝਿਆ ਇਸ ਸੀਟ ਨੂੰ? ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਆ ਕਿ ਗੁਰੂਆਂ ਦੀ ਚਰਨ ਛੋਹ ਧਰਤੀ ਹੈ, ਔਰ ਮੈਂ ਕਹਿੰਦਾ ਪਵਿੱਤਰ ਸੀਟ ਆ, ਔਰ ਪਵਿੱਤਰ ਕਰਕੇ ਇਹਨੂੰ ਪੰਥਕ ਸੀਟ ਕਿਹਾ ਜਾਂਦਾ, ਔਰ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ, ਔਰ ਪੰਜਾਬ ਦੇ ਲੋਕ ਜਿਹੜੇ ਆ ਖਾਸ ਕਰਕੇ ਖਡੂਰ ਸਾਹਿਬ ਹਲਕੇ ਦੇ ਲੋਕ, ਕਿਉਂਕਿ ਇਹ ਬੜੇ ਜਜ਼ਬਾਤੀ ਜਿਹੇ ਲੋਕ ਆ, ਇਹਨਾਂ ਨੂੰ ਇਹ ਸੀਗਾ ਕਿ ਸ਼ਾਇਦ ਹੋ ਸਕਦਾ ਹੈ ਕਿ ਆਹ ਪਾਰਟੀ ਆਊਗੀ ਤਾਂ ਅਸੀਂ ਕੋਈ ਸਾਡੇ ਚੰਗੇ ਦਿਨ ਆ ਜਾਣਗੇ। ਪਰ ਗੱਲ ਇਹ ਕਿ ਜੇ ਮੋਦੀ ਸਾਹਿਬ ਆਏ ਤਾਂ ਉਹਨਾਂ ਨੇ ਗੱਲ ਕਹੀ ਕਿ ਮੈਂ ਇੱਕ ਚਾਹ ਬਣਾਉਣ ਵਾਲਾ, ਅਤੇ ਮੇਰੇ ਹਿਸਾਬ ਨਾਲ ਮੋਦੀ ਨੂੰ ਚਾਹ ਬਣਾਉਣੀ ਵੀ ਨਹੀਂ ਆਉਂਦੀ ਅਸਲੀਅਤ 'ਚ। ਦੂਜੀ ਗੱਲ ਕਹਿੰਦਾ 15-15 ਲੱਖ ਰੁਪਈਆ, ਅੱਜ ਵਿਚਾਰੀਆਂ ਬੀਬੀਆਂ ਵੀ ਤਰਸਦੀਆਂ ਫਿਰਦੀਆਂ, 15 ਲੱਖ ਦਾ ਕੀ ਹੈ, 15 ਰੁਪਈਏ ਨਹੀਂ ਕਿਸੇ ਨੂੰ ਦਿੱਤੇ। ਉਹ ਅੱਜ ਮੈਂ ਕੱਦ ਗਿੱਲ ਸੀਗਾ, ਉਹ ਕਹਿੰਦੇ ਜੀ ਇਹਨੇ ਮਰਨੇ ਨੇ 15 ਲੱਖ ਸਾਨੂੰ ਕੀ ਦੇਣਾ ਸੀਗਾ, ਅਸੀਂ ਖਾਤਾ ਖੁਲਾਉਣ ਚਲੇ ਗਏ ਅਤੇ ਕਹਿੰਦੇ 5,000 ਰੁਪਈਆ ਖਾਤੇ ਵਾਲੇ ਨੇ ਮੰਗ ਲਿਆ, ਅਤੇ ਚਾਰਜ ਹੀ ਸੀ 20,000 ਰੁਪਈਆ, ਅਸੀਂ ਕਿਸੇ ਤੋਂ ਵਿਆਜੂ ਫੜ ਕੇ ਖਾਤਾ ਖੁਲਾਇਆ। ਅਤੇ ਕਹਿੰਦੇ ਮੈਂ ਪੈਸੇ, ਕਹਿੰਦੇ ਪੈਸੇ ਤਾਂ ਨਹੀਂ ਹੈ ਪਰ ਉਹ 20,000 ਜਿਹੜਾ ਕਰਾਇਆ ਸੀ ਉਹਦਾ 2 ਲੱਖ ਜ਼ਰੂਰ ਵਿਆਜ ਨੇ ਵਿਆਜ ਬਣ ਗਿਆ ਅੱਜ ਤੱਕ। ਅੱਛਾ, ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਦੀ ਝੋਲੀ ਦੇ ਵਿੱਚ ਲੋਕ ਇਹ ਸੀਟ ਕਿਉਂ ਪਾ ਦੇਣਗੇ, ਐਸਾ ਤੁਹਾਡੇ 'ਤੇ ਲੋਕ ਕਿਉਂ ਭਰੋਸਾ ਕਰਨਗੇ? ਬੇਸ਼ੱਕ ਅੱਗੇ ਸੀਟ ਤੁਹਾਡੇ ਕੋਲ ਸੀ, ਪਰ ਜਿਹੜੀ ਮੌਜੂਦਾ ਸੱਤਾ ਧਿਰ ਨਾ ਪੰਜਾਬ ਦੀ, ਉਹ ਕਹਿੰਦੇ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਇੰਨਾ ਕੁ ਕੁਛ ਕਰਤਾ ਕਿ ਲੋਕ ਸਾਥੋਂ ਬਾਹਰ ਨਹੀਂ ਜਾਂਦੇ, ਲੋਕ ਸਾਨੂੰ ਵੋਟ ਕਰਨਗੇ। ਗੱਲ ਹੈ ਜਿਹੜੇ ਇਹ ਲੋਕ ਆ ਨਾ, ਜਿਹੜੇ ਇਹਨਾਂ ਨੇ ਜਿੰਨਾ ਕੁ ਕੁਛ ਕੀਤਾ ਹੁਣ ਲੋਕਾਂ ਨੇ ਵੀ ਬਹੁਤ ਕੁਛ ਕਰਨਾ। ਮੈਂ ਅੱਗੇ ਅੱਜ ਬੀਬੀਆਂ ਨੂੰ ਪੁੱਛਿਆ, ਮੈਂ ਕਿਹਾ ਕਿ 1,000 ਰੁਪਈਆ, ਪਹਿਲੀ ਗੱਲ ਤਾਂ ਅੱਜ ਬੀਬੀਆਂ ਵੀ ਮੰਨ ਗਈਆਂ, ਉਹ ਕਹਿੰਦੀਆਂ ਕਿ ਇਹਨਾਂ ਨੇ ਕਿਹਾ ਕਿ ਅਸੀਂ ਔਰਤਾਂ ਦਾ ਮਾਣ ਸਨਮਾਨ ਕਰਾਂਗੇ ਅਤੇ 1,000 ਰੁਪਈਆ ਹਰ ਮਹੀਨੇ ਦਾ ਦਿਆ ਕਰਾਂਗੇ। ਇੱਕ ਬੀਬੀ ਕਹਿੰਦੀ, ਕਹਿੰਦੀ ਜੀ ਮੇਰੇ ਘਰ ਵਾਲੇ ਨੇ ਤਾਂ ਵੋਟ ਪਾਈ ਕਾਂਗਰਸ ਨੂੰ, ਅਤੇ ਮੈਂ ਅੰਦਰ ਜਾ ਕੇ ਝਾੜੂ ਨੂੰ ਪਾਤੀ ਕਿ ਚੱਲ ਮੁੰਡਾ ਸ਼ਹੀਦ ਭਗਤ ਸਿੰਘ ਦੀ ਪੱਗ ਬੰਨ੍ਹੀ ਫਿਰਦਾ, ਸ਼ਾਇਦ ਹੋ ਸਕਦਾ ਚੰਗਾ ਹੀ ਹੋਵੇ।
ਤੇ ਕਹਿੰਦੀ ਮੈਨੂੰ ਉਦੋਂ ਨਹੀਂ ਪਤਾ ਗਿਆ ਕਿ ਇਹ ਸ਼ਰਾਬੀਆਂ ਦਾ ਟੋਲਾ ਹੀ, ਤੇ ਕਹਿੰਦੀ ਇਹਨੇ ਅੱਜ ਕਹਿੰਦੀ 27 ਮਹੀਨੇ ਹੋ ਗਏ ਆ, ਤੇ ਕਹਿੰਦੀ ਮੇਰਾ 27,000 ਬਣਿਆ ਪਿਆ। ਤੇ ਮੈਂ ਕਿਹਾ ਬੀਬੀ ਫਿਰ? ਕਹਿੰਦੀ ਮੈਂ ਡੀਕਦੀ ਹਾਂ ਕਿੱਦਣ, ਉਹਨੂੰ ਮੈਂ ਝਾੜੂ ਸਾਂਭ ਕੇ ਰੱਖਿਆ ਤੇ ਇਹਨਾਂ ਨੂੰ ਝਾੜੂ ਨਾਲ ਕੁੱਟ ਕੇ ਪਿੰਡ ਚੋਂ ਕੱਢਣਾ। ਉਹ ਤਾਂ ਕਹਿੰਦੇ ਛੇਤੀ ਵਾਅਦਾ ਪੂਰਾ ਕਰ ਦੇਗਾ, ਉਹਦੇ ਬਾਕੀ ਉਹਦੇ ਪੂਰੇ ਕੀਤੇ ਵਾਅਦੇ ਤਾਂ ਬਈ ਜੇ ਇਹਨਾਂ ਤੋਂ ਘਰੇ ਆਪਦੇ ਨਹੀਂ ਪੂਰੇ ਹੋਏ, ਆਹ ਜਿਹੜਾ ਸਾਡੇ ਵਾਲਾ ਇੱਥੇ ਆ ਉਹ ਤਾਂ ਬਈ, ਮੈਂ ਤਾਂ ਪਰਮਾਤਮਾ ਦਾ ਸ਼ੁਕਰ ਕਰਦਾ ਕਿ ਮੈਨੂੰ ਐਡਾ ਵਧੀਆ ਉਮੀਦਵਾਰ ਅੱਗੋਂ ਮਿਲਿਆ। ਠੀਕ ਹੈ, ਕਦੀ ਤਾਂ ਉਹ ਭਾਈ ਲਾਲੋ ਦੇ ਵਾਰਸਾਂ ਵਾਲੇ ਬੋਲਦਾ, ਕਦੀ ਉਹ ਬੋਲਦਾ ਸਵਰਨਕਾਰ ਭਰਾਵਾਂ ਬਾਰੇ, ਅਤੇ ਹੁਣ ਤਾਂ ਉਹਨੇ ਸਿਰੇ ਲਾਤੀ ਜਿਹੜਾ ਗੁਰੂ ਨਾਨਕ ਸਾਹਿਬ ਦੀ ਅਤੇ ਕੇਜਰੀਵਾਲ ਦੀ ਜਿਹੜੀ ਤੁਲਨਾ ਕੀਤੀ। ਔਰ ਮੈਨੂੰ ਉਹਨਾਂ ਨੇ ਦੱਸਿਆ ਪੱਟੀ ਵਾਲਿਆਂ ਨੇ, ਮੈਂ ਜਦੋਂ ਗਿਆ ਉਹ ਕਹਿੰਦੇ ਜੀ ਐਡਾ ਪੰਥਕ ਆ, ਇਹਨੂੰ ਆਪ ਨੂੰ ਪੱਗ ਵੀ ਨਹੀਂ ਬੰਨਣੀ ਆਉਂਦੀ, 18,000 ਤੇ ਬੰਦਾ ਰੱਖਿਆ ਉਹਦੇ ਤੋਂ ਪੱਗ ਬਣਾਉਂਦਾ। ਅਤੇ ਫਿਰ ਉਹਨਾਂ ਇੱਕ ਹੋਰ ਗੱਲ ਕੀਤੀ, ਉਹ ਕਹਿੰਦੇ ਸਾਡੇ ਪੱਟੀ 'ਚ ਜਿਹੜਾ ਨਸ਼ਾ ਹੈ ਇਹ ਨਸ਼ਾ ਜਿਹੜਾ ਹੈ ਜਿਵੇਂ ਖੰਡ ਵਿਕਦੀ ਇੰਝ ਵਿਕਦਾ। ਅਤੇ ਮੈਂ ਕਿਹਾ ਤੁਹਾਡੇ ਮੰਤਰੀ ਇੱਥੋਂ ਦਾ? ਅਤੇ ਕਹਿੰਦੇ ਜੀ ਮੰਤਰੀ ਤਾਂ ਇੱਥੋਂ ਦਾ ਹੈਗਾ, ਪਰ ਮੰਤਰੀ ਇੱਥੋਂ ਦਾ ਹੋਣ ਕਰਕੇ, ਮੰਤਰੀ ਇੱਥੋਂ ਦਾ ਹੋਣ ਕਰਕੇ ਕਿ ਨਸ਼ਾ ਜਿਹੜਾ ਉਹ ਧੜਾ ਧੜ ਵਿਕ ਰਿਹਾ। ਅਤੇ ਮੈਂ ਮੰਤਰੀ ਕੁਛ ਨਹੀਂ ਕਰਦਾ? ਕਹਿੰਦੇ ਜੀ ਮੰਤਰੀ ਕੀ ਕਰੇ, ਮੰਤਰੀ ਦੇ ਆਖੇ ਤਾਂ ਸਿਪਾਹੀ ਨਹੀਂ ਲੱਗਦਾ ਗਾ। ਅਤੇ ਮੈਂ ਕਿਹਾ ਫਿਰ ਨਸ਼ਾ ਕਿਵੇਂ ਖਤਮ ਹੋਊ? ਕਹਿੰਦੇ ਜੀ ਕੋਸ਼ਿਸ਼ ਬੜੀ ਕਰਦਾ। ਮੈਂ ਕਿਹਾ ਕਿਵੇਂ? ਲੋਕਾਂ ਨੇ ਮੈਨੂੰ ਦੱਸਿਆ, ਕਹਿੰਦੇ ਦਿਹਾੜੀ 'ਚ 3 ਵਾਰੀ ਪੀਂਦਾ ਪਰ ਮੁੱਕਦੀ ਫਿਰ ਵੀ ਨਹੀਂ। ਤੁਸੀਂ ਨਿੱਜੀ ਇਲਜ਼ਾਮ ਲਾ ਰਹੇ ਹੋ? ਨਿੱਜੀ ਕਿਹੜਾ ਲਾ ਰਹੇ? ਲੋਕਾਂ ਨੇ ਕਿਹਾ ਯਾਰ, ਮੈਂ ਤਾਂ ਕਿਹਾ ਡੋਪ ਟੈਸਟ ਕਰਾਓ। ਮੈਂ ਤਾਂ ਨਰਿੰਦਰ ਸਿੰਘ ਜੀ ਉਦੋਂ ਵੀ ਤੁਹਾਨੂੰ ਸੱਦਿਆ ਸੀ ਜਦੋਂ ਸੁਖਬੀਰ ਬਾਦਲ ਨੂੰ ਕਿਹਾ ਸੀ, ਅਤੇ ਭੱਜਿਆ ਕਿਉਂ? ਸੁਖਬੀਰ ਭੱਜਿਆ, ਜੀਰੇ ਨੇ ਤਾਂ ਉਦੋਂ ਵੀ ਕਰਾਇਆ ਸੀ, ਜੀਰਾ ਅੱਜ ਵੀ ਕਰਾਓ। ਅੱਜ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਨੂੰ ਬੜੇ ਦਿਨ ਹੋ ਗਿਆ, ਹੁਣ ਕੋਰਟ 'ਚ ਜਾ ਰਿਹਾ। ਕੋਰਟ 'ਚ ਜਾ ਕੇ ਮੈਂ ਇੱਕ ਕੇਸ ਪਾਉਣ ਲੱਗਾ ਕਿ 543 ਜਿਹੜੇ ਮੈਂਬਰ ਚੁਣ ਕੇ ਜਾਣੇ, ਉਹਨਾਂ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਉਹਨਾਂ ਦਾ ਡੋਪ ਟੈਸਟ ਹੋਵੇ, ਜਿਹੜਾ ਬਿਲਕੁਲ ਠੀਕ ਹੋਵੇ ਕਿ ਇਹ ਨਸ਼ਾ ਰਹਿ ਤਾ ਉਹਨੂੰ ਸਹੁੰ ਚੁਕਾਈ ਜਾਵੇ। ਤੁਸੀਂ ਮੇਰੀ ਗੱਲ ਨਹੀਂ ਸਮਝੇ, ਇਹਨਾਂ ਦੀ ਸਰਕਾਰ ਆ, ਨਿਯਮ ਕਿਹਨੇ ਬਣਾਉਣਾ? ਇਹ ਤਾਂ ਲੋਕਾਂ 'ਚ ਸੱਚਾ ਹੋਵੇ। ਸੁਖਬੀਰ ਬਾਦਲ ਨੇ ਜਦੋਂ ਕਿਹਾ ਸੀਗਾ ਕਿ ਜੀਰਾ ਡੋਪ ਟੈਸਟ ਕਰਾਊਗਾ, ਆਪਾਂ ਉਦੋਂ ਹੀ ਆਪਦੀ ਟੀਮ, ਆਪਣੀ ਸਰਕਾਰ ਸੀ, ਬ੍ਰਹਮਿੰਦਰਾ ਜੀ ਨੂੰ ਚਿੱਠੀ ਲਿਖੀ, ਹੈਲਥ ਮਿਨਿਸਟਰ ਸੀ, ਉਹਨਾਂ ਨੇ ਟੀਮ ਭੇਜੀ ਜਿੱਥੇ ਸੁਖਬੀਰ ਦਾ ਪ੍ਰੋਗਰਾਮ ਸੀ, ਬਾਹਰ ਜਾ ਕੇ ਆਪਾਂ ਟੈਂਟ ਲਾਤਾ, ਆਪਾਂ ਡੋਪ ਟੈਸਟ ਕਰਾ ਲਿਆ। ਇਹ ਮੈਂ ਨਾ ਸਰਕਾਰ ਵੀ ਇਹਨਾਂ ਦੀ ਜਗ੍ਹਾ ਵੀ ਇਹ ਦੱਸਣ, ਡਾਕਟਰ ਵੀ ਇਹਨਾਂ ਦੇ, ਮੈਂ ਆਊਂ ਅਤੇ ਇਹ ਵੀ ਕਰਾਵੇ। ਪਰ ਨਸ਼ੇ ਦੇ ਖਿਲਾਫ਼ ਤਾਂ ਉਹਨਾਂ ਨੇ ਇੰਨੀ ਵੱਡੀ ਭੜਕ ਮਾਰੀ ਹੈ ਜੀ, ਕੱਲ੍ਹ ਉਹਨੇ ਵੱਡਾ ਬਿਆਨ ਦਿੱਤਾ, ਉਹ ਆਉਂਦੇ ਵੀ ਕੋਈ ਵੀ ਨਸ਼ਾ ਤਸਕਰ ਮੈਨੂੰ ਵੋਟਰਾਂ ਪਾਵੇ, ਕਿਉਂਕਿ ਜਿੱਦਾਂ ਹੀ ਵੋਟਾਂ ਮੁੱਕ ਗਈਆਂ ਤਾਂ ਮੈਂ ਦਵਾਉਣੇ ਪਰਚੇ ਅਤੇ ਮੈਂ ਦੇਣੇ ਅੰਦਰ, ਫਿਰ ਕੱਲ੍ਹ ਨੂੰ ਅਗਲਾ ਬਣਾ ਦਿਓ ਵੀ ਸਾਨੂੰ ਭਾਈ ਅਸੀਂ ਵੋਟਾਂ ਪਾਈਆਂ ਸਾਨੂੰ ਅੰਦਰ ਦੇ ਤਾ। ਉਹਦੇ ਸਾਰੇ ਸਾਂਢੂ ਹੀ ਨਸ਼ਾ ਤਸਕਰ ਨੇ, ਉਹਦੇ ਸਾਰੇ ਸਾਥੀ ਨਸ਼ਾ ਤਸਕਰ ਨੇ, ਵੋਟਾਂ ਤਾਂ ਲੋਕਾਂ ਨੇ ਨਹੀਂ ਪਾਉਣੀਆਂ ਜਿਨ੍ਹਾਂ ਨੂੰ ਝੂਠ ਮਾਲਿਆ। ਅੱਜ ਮੈਨੂੰ ਦੱਸੋ, ਸੈਕਿੰਡ ਸਕੀਮ ਨਹੀਂ ਮਿਲਦੀ, ਕਣਕ ਕਾਂਗਰਸ ਵੇਲੇ 30 ਕਿਲੋ ਮਿਲਦੀ ਸੀ, ਇਹਨਾਂ ਵੇਲੇ 5 ਕਿਲੋ ਮਿਲਦੀ। ਲੋਕ ਅੱਜ ਇੱਕ ਮੈਨੂੰ ਮਾਤਾ ਕਹਿੰਦੀ, ਕਹਿੰਦੀ ਜੇ ਪੁੱਤਰਾ ਇੱਕ ਵਾਰ ਫਿਰ ਗਲਤੀ ਕਰ ਲਈ ਨਾ, ਇਦੂ ਬਾਅਦ 5 ਦਾਣੇ ਮਿਲਿਆ ਕਰਨਗੇ ਤੇ ਸ਼ੀਸ਼ੇ 'ਚ ਮੜਾ ਕੇ ਰੱਖ ਲਾਂਗੇ ਤੇ ਉਹਨੂੰ ਵੇਖ ਕੇ ਰੱਜ ਲਿਆ ਕਰਾਂਗੇ। ਉਦਾਂ ਦੇ ਰਾਣਾ ਗੁਰਜੀਤ ਦੇ ਪੁੱਤਰ ਨੂੰ ਮਿਲਣੀ ਸੀ ਤੇ ਉਹ ਰਾਣੇ ਗੁਰਜੀਤ ਨੇ ਤਾਂ ਨਹੀਂ ਟਿਕਟ ਲਈ ਵੀ ਇੱਥੇ ਹਾਰਨਾ ਪਊਗਾ, ਤੇ ਉਹਦੇ ਕੁਲਵੀਰ ਜੀ ਨੂੰ ਤਾਂ ਮੂਹਰੇ ਕਹਿਤਾ। ਆਹ ਵੀ ਰਾਣੇ ਗੁਰਜੀਤ ਦਾ ਹੀ ਪੁੱਤਰ ਆ, ਅੱਜ ਰਾਣੇ ਗੁਰਜੀਤ ਦੀ ਪੱਗ ਦਾ ਹੀ ਸਵਾਲ ਆ। ਰਾਣਾ ਗੁਰਜੀਤ ਸਾਰੀਆਂ ਸੀਟਾਂ ਤੋਂ ਜਿੱਤ ਕੇ ਆ ਰਿਹਾ, ਸੁਲਤਾਨਪੁਰ ਉਹ ਜਿੱਤ ਰਿਹਾ, ਕਪੂਰਥਲਾ ਉਹ ਜਿੱਤ ਰਿਹਾ, ਉਹਦਾ ਪੁੱਤਰ ਜੀਰੇ ਤੋਂ ਜਿੱਤ ਰਿਹਾ, ਇਹ ਤਾਂ ਪੱਟੀ 'ਚੋਂ ਨਹੀਂ ਜਿੱਤ ਰਿਹਾ, ਇਹਦੇ ਏਡੇ ਮਾੜੇ ਹਾਲਾਤ ਆ, ਪੱਟੀ 'ਚੋਂ ਜਮਾਨਤ ਜ਼ਬਤ ਹੋ ਗਈ। ਤੁਹਾਡੇ ਤਾਂ ਬੜੇ ਨਿੱਜੀ ਹਮਲੇ ਕੀਤੇ ਉਹਨਾਂ ਨੇ, ਇੱਕ ਸ਼ਬਦ ਤਾਂ ਮੈਂ ਬੋਲਦਾ ਹੀ ਨਹੀਂ ਗਾ, ਤੇ ਉਹ ਕਹਿੰਦੇ ਉਹ ਤਾਂ ਉਹ ਆ, ਤੇ ਇੱਕ ਹਾਲਾਂਕਿ ਦੇਖੋ ਸਿਆਸਤ ਪਤਾ ਨਹੀਂ ਇੱਦਾਂ ਦੀ ਹੋ ਗਈ, ਉਹ ਕਹਿੰਦੇ ਕਿ ਤੁਹਾਡੇ ਤਾਂ ਪਰਿਵਾਰ ਨੂੰ ਕਹਿੰਦੇ, ਹਾਲਾਂਕਿ ਮੈਨੂੰ ਲੱਗਦਾ ਕਿ ਸ਼ਾਇਦ ਇੱਦਾਂ ਦੀ ਗੱਲ ਕਰਨੀ ਵੀ ਨਹੀਂ ਬਣਦੀ, ਉਹ ਆਉਂਦੇ ਇਹਨਾਂ ਦੇ ਤਾਂ ਪਰਿਵਾਰ ਨੂੰ ਇਲਾਕੇ 'ਚ ਛੋਟੀ ਦੁਨੀਆ ਕਹਿੰਦੇ, ਪਤਾ ਨਹੀਂ ਕਿਹੜੇ ਗ੍ਰਹਿ ਤੋਂ ਆਏ ਆ।
ਗੱਲ ਇਹ ਆ, ਮੇਰੀ ਇੱਕ ਗੱਲ ਸੁਣ ਲੈ, ਵਿਰਸਾ ਸਿੰਘ ਵਲਟੋਵਾ ਵੀ ਅਤੇ ਮਜੀਠੀਆ ਵੀ ਕਹਿੰਦੇ ਜੀਰੇ ਦਾ ਕੱਦ ਨਿੱਕਾ, ਅਤੇ ਮੈਂ ਕਿਹਾ ਟਾਵਰ ਜ਼ਰੂਰ ਛੋਟਾ ਪਰ ਰੇਂਜ ਬੜੀ ਹੈ, ਇਹ ਹਰੀਕੇ ਠਾਣੇ ਨਹੀਂ ਬੰਦਾ ਛੁਡਾ ਸਕਦਾ, ਅਤੇ ਮੈਨੂੰ ਗੁਜਰਾਤ 'ਚ ਦੱਸੇ ਮੈਂ ਉੱਥੇ ਵੀ ਛੁਡਾ ਕੇ ਦਊਂ, ਮੇਰੀ ਇੰਨੀ ਰੇਂਜ ਆ, ਲੋਕਾਂ ਨੇ ਕੰਮ ਕੀਤੇ ਆ, ਲੋਕ ਅੱਜ ਜਿੱਥੇ ਮੈਂ ਜਾਂਦਾ ਨਾ ਨਹੀਂ ਜੀਰੇ ਦੀ ਰੇਂਜ ਗੁਜਰਾਤ ਤੱਕ ਕਿਵੇਂ ਆ, ਮੈਂ ਨਾ ਜਿੱਥੇ ਮਰਜ਼ੀ ਜੀਰੇ 'ਤੇ ਦੱਸੋ, ਤੂੰ ਮੈਨੂੰ ਬੰਬੇ ਦੱਸ ਕੋਈ ਕੰਮ ਆ ਜਿੱਥੇ ਦੱਸ, ਅਤੇ ਇਹਨੂੰ ਕਹਿ ਹਰੀਕੇ ਠਾਣੇ ਬੰਦਾ ਛੁਡਾ ਦੇ, ਨਾਕੇ ਤੋਂ ਮੋਟਰਸਾਈਕਲ ਨਹੀਂ ਇਹਨਾਂ ਤੋਂ ਛੁੱਟਦਾ, ਆਹ ਹਾਲਾਤ ਆ ਝਾੜੂ ਵਾਲਿਆਂ ਦੇ। ਅੱਛਾ ਇੱਕ ਮਿੰਟ ਖੜ੍ਹ ਜਾ, ਪਿੱਛੇ ਜੇ ਵੇਖਿਆ ਨਹੀਂ ਜਿੱਦਣ ਕਾਗਜ਼ ਭਰਨੇ ਸੀ, ਦੋ MLA ਇਹਨਾਂ ਦੇ, ਇੱਕ ਤਾਂ ਉਹ ਜਿਹੜਾ ਧੁੰਨ, ਇੱਕ ਜਿਹੜਾ ਉਹ ਦੂਜਾ ਸੀਗਾ ਜੀਰੇ ਵਾਲਾ ਨਰੇਸ਼, ਉਹ ਹੌਲਦਾਰ ਨੂੰ ਕਹਿੰਦੇ ਪਏ ਕਿ ਯਾਰ ਸਾਡੀ ਪਾਵਰ DGP ਤੋਂ ਉੱਤੇ ਆ, ਉਹ ਮੈਂ ਕਿਹਾ ਫਿਟੇ ਮੂੰਹ ਤੁਹਾਡੇ ਇੱਕ ਹੌਲਦਾਰ ਨੂੰ ਦੱਸਣਾ ਪਵੇ ਕਿ ਅਸੀਂ MLA ਆ, 27 ਮਹੀਨਿਆਂ 'ਚ ਇਹਨਾਂ ਦੀ ਪਹਿਚਾਣ ਹੀ ਨਹੀਂ ਹੋਈ, ਅਤੇ ਤੁਸੀਂ ਆਪੇ ਦੱਸੋ ਜੇ MLA ਨੂੰ ਗੇਟ 'ਚੋਂ ਨਹੀਂ ਲੰਘਣ ਦਿੰਦੇਗੇ ਅਤੇ ਕਿਸੇ ਗਰੀਬ ਦਾ ਮੋਟਰਸਾਈਕਲ ਕੀ ਛਡਾਉਣਗੇ। ਅੱਛਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ, ਸਾਹਮਣੇ ਦੇਖੋ ਪੁਰਾਣਾ ਖਿਡਾਰੀ ਵਿਰਸਾ ਸਿੰਘ ਵਲਟੋਆ ਵੀ ਆ, ਇੱਧਰ ਲਾਲਜੀ ਭੁੱਲਰੋਣੀ ਆ, BJP ਵਾਲਿਆਂ ਨੇ ਵੀ ਆਪਦਾ ਬੰਦਾ ਮੈਦਾਨ 'ਚ ਨਿਤਾਰਿਆ, ਸਿੰਘ ਵਲਟੋ ਨਾਲ ਇੱਕ ਚੀਜ਼ ਰਹਿ ਗਈ ਜੀ, ਵਿਰਸਾ ਸਿੰਘ ਵਲਟੋਵਾ ਨੂੰ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ, ਕਿ 2-3 ਮੈਂ ਉਹਨਾਂ ਦੇ ਲਾਈਵ ਵੇਖੇ, ਵਿਰਸਾ ਸਿੰਘ ਵਲਟੋਵਾ ਜੀ ਇਹ ਗੱਲ ਕਹਿੰਦੇ ਆ ਕਿ ਮੈਂ ਪੰਥਕ ਹਾਂ, ਠੀਕ ਹੈ, ਦੂਜੇ ਬੰਨੇ ਵਿਧਾਨ ਸਭਾ 'ਚ ਇਹ ਗੱਲ ਕਹਿੰਦੇ ਕਹੀ ਹੈ ਕਿ ਮੈਂ ਅੱਤਵਾਦੀ ਵੀ ਹਾਂ, ਫਿਰ ਇਹ ਵੀ ਗੱਲ ਕਹਿੰਦੇ ਮੈਂ ਜੇਲ੍ਹ ਵੀ ਕੱਟੀ ਹੈ, ਫਿਰ ਇਹ ਵੀ ਗੱਲ ਕਹਿੰਦੇ ਆ ਵੀਡੀਓ ਦੇ ਵਿੱਚ ਕਿ ਮੇਰੇ ਤੋਂ ਘਟੀਆ ਬੰਦਾ ਵੀ ਕੋਈ ਨਹੀਂ ਹੈਗਾ, ਵਿਰਸਾ ਸਿੰਘ ਜੀ ਇਹ ਗੱਲ ਕਹਿੰਦੇ। ਮੈਂ ਵਿਰਸਾ ਸਿੰਘ ਜੀ ਨੂੰ ਇਹ ਸਲਾਹ ਦੇਣੀ ਚਾਹੁੰਦਾ ਕਿ ਪਹਿਲੀ ਗੱਲ ਤਾਂ ਪੰਥਕ ਕਹਿਣੋਂ ਹਟ ਜਾਓ, ਕਿਉਂਕਿ ਪੰਥਕ ਦਾ ਮਤਲਬ ਹੈ ਖਾਲਸਾ, ਖਾਲਸੇ ਦਾ ਮਤਲਬ ਹੈ ਖਾਲਸ, ਖਾਲਸੇ ਦਾ ਮਤਲਬ ਹੈ ਪਿਓਰ, ਔਰ ਜਿਹੜਾ ਖਾਲਸਾ ਹੈ ਉਹ ਕਦੀ ਘਟੀਆ ਨਹੀਂ ਹੁੰਦਾ, ਇਸ ਕਰਕੇ ਮੈਂ ਉਹਨਾਂ ਨੂੰ ਸਲਾਹ ਦਿੰਦਾ ਕਿ ਆਪਦੇ ਆਪ ਨੂੰ ਪੰਥਕ ਨਾ ਕਿਹਾ ਕਰ। ਔਰ ਜਿਹੜੀ ਗੱਲ ਇਹ ਆ ਕਿ ਉਹ ਵਿਚਾਰਾ ਮੈਂ ਤਾਂ ਅਜੇ ਤੱਕ ਕਿਸੇ ਪਿੰਡਾਂ 'ਚ ਕਿਤੇ ਪ੍ਰੋਗਰਾਮ 'ਤੇ ਵੇਖਿਆ ਹੀ ਨਹੀਂ, ਠੀਕ ਹੈ, ਮੈਂ ਨਾ ਤਾਂ ਅਜੇ ਤੱਕ ਕਿਤੇ ਲਾਲਜੀਤ ਭੁੱਲਰ ਕਿਤੇ ਮੈਨੂੰ ਅੱਜ ਤੱਕ ਮਿਲਿਆ, ਮੈਂ ਰੋਜ਼ ਪ੍ਰੋਗਰਾਮਾਂ 'ਤੇ ਹੁੰਦਾ, ਮੇਰੀ ਫੇਸਬੁੱਕ ਵੇਖ ਲਓ ਅਤੇ ਇਹਨਾਂ ਦੀ ਵੇਖ ਲਓ, ਇਹ ਤਾਂ ਜਿਵੇਂ ਨਾ ਇੱਕ ਅੱਧਾ ਇਹਨਾਂ ਨੂੰ ਵਿਆਹ ਆ ਜਾਂਦਾ ਉਹਦੀ ਪੋਸਟ ਪਾਸਟ ਪਾ ਦਿੰਦੇ ਆ, ਅਤੇ ਮੈਂ ਸਵੇਰ ਤੋਂ ਸ਼ਾਮ ਤੱਕ ਅੱਜ ਰਮਨਜੀਤ ਸਿੱਕੀ ਦੇ ਹਲਕੇ 'ਚ ਖਡੂਰ ਸਾਹਿਬ 'ਚ ਖੜ੍ਹੇ, ਅੱਜ ਦੇ ਮੇਰੇ 10 ਪ੍ਰੋਗਰਾਮ ਸੀ, ਕੱਲ੍ਹ ਦੇ ਜਿਹੜੇ ਆ, ਕੱਲ੍ਹ ਅਸੀਂ ਇੱਕ ਖੇਮਕੰਦ ਦੇ ਵਿੱਚ ਰੈਲੀ ਰੱਖੀ ਹੈ ਜਿੱਥੇ ਬਾਜਵਾ ਸਾਹਿਬ ਪਹੁੰਚ ਰਹੇ ਨੇ। ਮੈਂ ਤਾਂ ਰੋਜ਼, ਔਰ ਮੈਂ ਇਹ ਗੱਲ ਕਹਿੰਦਾ ਕਿ ਜਿਹੜੇ ਆਜ਼ਾਦ ਉਮੀਦਵਾਰ ਨੇ, ਆਜ਼ਾਦ ਉਮੀਦਵਾਰ ਲੋਕ ਜਿਹੜੇ ਆ ਬੜੀ ਸੋਚ ਸਮਝ ਕੇ ਵੋਟ ਪਾਉਂਦੇ ਆ, ਅੱਜ ਲੋਕ ਇਹ ਗੱਲ ਕਹਿੰਦੇ ਅਸੀਂ ਅਮਨ ਅਤੇ ਸ਼ਾਂਤੀ ਚਾਹੁੰਦੇ ਹਾਂ, ਅੱਜ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਔਰ ਪੰਜਾਬ ਦਾ ਮਾਹੌਲ ਜੇ ਖਰਾਬ ਕੀਤਾ ਤਾਂ 99 ਅਤੇ 90 'ਚ ਲੋਕ ਕਹਿੰਦੇ ਆ ਜਿਹੜਾ ਮਾਹੌਲ ਸੀ ਅਸੀਂ ਉਹ ਲਿਆਉਣਾ ਨਹੀਂ ਚਾਹੁੰਦੇ। ਅੱਜ ਤੁਸੀਂ ਵੇਖੋ ਕਿ ਮੈਂ 2-4 ਗੱਲਾਂ ਜ਼ਰੂਰ ਸਾਂਝੀਆਂ ਕਰਾਂ, ਜੇ ਮੈਂ 3-4 ਬੰਦਿਆਂ ਨੂੰ ਪੁੱਛਿਆ, ਉਹ ਕਹਿੰਦੇ ਯਾਰ ਸਾਡੇ 'ਤੇ ਪਰਚਾ ਆ, ਕਿਸੇ 'ਤੇ 307 ਦਾ, ਕਿਸੇ 'ਤੇ 26 ਦਾ, ਉਹ ਕਹਿੰਦੇ ਜੀ ਅਸੀਂ ਆਪਦਾ ਪਰਚਾ ਝੱਲਿਆ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਕਿ ਸਵੇਰੇ ਗੁਰਦੁਆਰਾ ਸਾਹਿਬ ਜਾਂਦੇ ਸੀ, ਮੱਥਾ ਟੇਕਦੇ ਸੀ, ਚਲੇ ਜਾਂਦੇ ਸੀ, ਪਰ ਉਹ ਕਹਿੰਦੇ ਅਗਤੀ ਪਹਿਲੀ ਵਾਰ ਹੋਇਆ ਕਿ ਜਦੋਂ ਅਸੀਂ ਇੱਕ ਨਵਾਂ ਪੰਥਕ ਚਿਹਰਾ ਵੇਖਿਆ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ 'ਚ ਲੈ ਕੇ ਜਾ ਰਿਹਾ ਪਰਚਾ ਕੈਂਸਲ ਕਰਾਉਣ, ਅਤੇ ਇਸ ਕਰਕੇ ਉਹ ਕਹਿੰਦੇ ਕਿ ਅਸੀਂ ਇਹੋ ਜਿਹਾ ਮਾਹੌਲ ਨਹੀਂ ਚਾਹੁੰਦੇ ਕਿ ਕੱਲ੍ਹ ਨੂੰ ਪੁਲਿਸ ਸਾਡੇ 'ਤੇ ਕੋਈ ਕਾਰਵਾਈ ਕਰੇ ਤਾਂ ਅਸੀਂ ਗੁਟਕਾ ਸਾਹਿਬ ਜੇਬ 'ਚ ਪਾਈ ਫਿਰਿਆ ਕਰੀਏ, ਜਿਵੇਂ ਕੈਪਟਨ ਸਾਹਿਬ ਨੇ ਅੱਗੇ ਜੋ ਕੀਤਾ ਗੁਟਕਾ ਸਾਹਿਬ ਹੱਥ 'ਚ ਫੜ ਲਿਆ, ਆਪਾਂ ਤਾਂ ਆਪਦੀ ਸਰਕਾਰ ਦੇ ਉਲਟ ਬੋਲੇ, ਠੀਕ ਹੈ, ਜਦੋਂ ਗੁਟਕਾ ਸਾਹਿਬ ਹੱਥ 'ਚ ਫੜ ਲਿਆ, ਅੱਜ ਵੇਖ ਲਓ ਉਹ ਜਿਵੇਂ ਹਰਸਿਮਰਤ ਨੇ ਬਿਆਨ ਦਿੱਤਾ ਸੀ ਨਾ, ਜਿਹਨੇ ਬੇਅਦਬੀ ਕਰਾਈ ਗੁਰੂ ਨਾਲ ਧੋਖਾ ਕੀਤਾ ਹੋਵੇ ਉਹਦਾ ਕੱਖ ਨਾ ਰਹੇ, ਅੱਜ ਬਾਲਾਂ ਦਾ ਕੱਖ ਨਹੀਂ ਰਿਹਾ, ਕੈਪਟਨ ਸਾਹਿਬ ਦਾ ਵੀ ਕੱਖ ਨਹੀਂ ਰਿਹਾ, ਜਮਾਨਤ ਜ਼ਬਤ ਹੋ ਗਈ, ਗਾਂਹ ਘਰ ਵਾਲੀ ਦੀ ਹੋ ਜਾਣੀ, ਔਰ ਇੱਥੇ ਵੀ ਜਿਹੜਾ ਕੁਛ ਗੁਰੂ ਦੇ ਨਾਲ ਹੋਇਆ, ਜੋ ਗੁਰੂ ਦੀ ਬੇਅਦਬੀ ਕੀਤੀ ਗਈ ਹੈ, ਪਾਲਕੀ ਸਾਹਿਬ ਨੂੰ ਥਾਣੇ 'ਚ ਲਿਜਾਇਆ ਗਿਆ, ਔਰ ਮੈਂ ਗੱਲ ਕਹਿੰਦਾ ਕਿ ਲੋਕ ਬੜੀ ਭਲੀ ਭਾਂਤ ਜਾਣੀ ਹੈ, ਅੱਜ ਲੋਕ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਹੈ ਜਿਹੜੀ ਹਰ ਵਰਗ ਨੂੰ ਜਿਹੜੀ ਉਹ ਨਾਲ ਲੈ ਕੇ ਚੱਲਦੀ। ਪਰ ਮੈਂ ਕਈ ਕਈ ਇਲਾਕਿਆਂ ਦੇ ਵਿੱਚ ਘੁੰਮਿਆ ਆ, ਕੁੱਲ ਮਿਲਾ ਕੇ ਤੁਸੀਂ ਸਿਨੈਰੀਓ ਕੀ ਦੇਖਦੇ ਆ, ਪਰ ਤੁਹਾਡਾ ਮੁਕਾਬਲਾ ਕਿਹਦੇ ਨਾਲ ਦੇਖਦੇ ਆ ਤੁਸੀਂ? ਗੱਲ ਇਹ ਕਿ ਜੋ ਪਿੱਛੇ ਰਿਜ਼ਲਟ ਆਇਆ ਸੀ ਉਹ ਡਿੰਪਾ ਜੀ ਦੇ ਸੇਮ ਰਿਜ਼ਲਟ,
ਨਹੀਂ ਉਹ ਤਾਂ ਚਲੋ ਤੁਹਾਡਾ ਹੱਕ ਹੈ ਕਹਿਣਾ, ਪਰ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ? ਬਿਲਕੁਲ ਸੇਮ ਰਿਜ਼ਲਟ ਹੋਊਗਾ, ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਜੀ। ਮੈਂ ਕੋਈ ਮੁਕਾਬਲੇ 'ਚ ਆਊ ਤਾਂ ਮੈਨੂੰ ਪਤਾ ਲੱਗੂ, ਮੈਂ ਨਾ ਕੋਈ ਮੁਕਾਬਲੇ 'ਚ ਆਵੇ ਮੈਨੂੰ ਪਤਾ ਲੱਗੇ, ਕਿਸੇ ਪਿੰਡੋਂ ਮੈਂ ਕਮਜ਼ੋਰ ਹੋਵਾਂ ਮੈਨੂੰ ਤਾਂ ਪਤਾ ਲੱਗੇ, ਠੀਕ ਹੈ। ਅੱਛਾ, ਜੀਰੇ 'ਤੇ ਲੋਕ ਕਿਉਂ ਭਰੋਸਾ ਕਰਨ, ਕੁਲਵੀਰ ਜੀਰੇ ਨੂੰ ਲੋਕ ਕਿਉਂ ਵੋਟਾਂ ਪਾਉਣ? ਕੁਲਵੀਰ ਜੀਰਾ ਉਸ ਬਾਪ ਦਾ ਬੇਟਾ ਹੈ ਜਿਹਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਹੁੰਦਿਆਂ ਹੀ ਨਸ਼ੇ ਬਾਰੇ ਬੋਲਿਆ। ਮੈਂ ਹਮੇਸ਼ਾ ਹੱਕ 'ਤੇ ਸੱਚ ਦੀ ਗੱਲ ਕਰਦਾ, ਰਾਹੁਲ ਗਾਂਧੀ ਜੀ ਨੇ ਪ੍ਰਧਾਨ ਮੰਤਰੀ ਬਣਨਾ ਜੇ ਉਹ ਲੋਕਾਂ ਨਾਲ ਵਾਅਦੇ ਕੀਤੇ ਆ, ਜੇ ਮੈਂ ਕਿਹਾ ਖਾਲੜਾ ਬਾਰਡਰ ਮੈਂ ਖਿਲਾਵਾਂਗਾ ਅਤੇ ਖਾਲੜੇ ਬਾਰਡਰ ਦੀ ਜਿਹੜੀ ਆ ਉਹ ਗੱਲ ਮੈਂ ਉੱਥੇ ਕਰਾਂਗਾ, ਜੇ ਮੈਂ ਕਿਹਾ ਨਸ਼ੇ ਦੇ ਮੁੱਦੇ 'ਤੇ ਬੋਲਾਂਗਾ ਮੈਂ ਬੋਲਾਂਗਾ, ਜੇ ਮੈਂ ਕਿਹਾ ਕਿਸਾਨਾਂ ਦੀ ਆਵਾਜ਼ ਉਠਾਵਾਂਗਾ ਅਤੇ ਕੁਲਵੀਰ ਸਿੰਘ ਜੀਰਾ ਕਿਸਾਨਾਂ ਦੀ ਆਵਾਜ਼ ਉੱਥੇ ਉਠਾਵੇਗਾ, ਆਵਾਜ਼ ਬਣ ਕੇ ਬੋਲੇਗਾ। ਔਰ ਮੈਨੂੰ ਇੱਕ ਗੱਲ ਦੱਸੋ, ਕੁਲਵੀਰ ਸਿੰਘ ਜੀਰਾ ਉਹਨਾਂ ਲੋਕਾਂ 'ਚੋਂ ਅਲੱਗ ਹੈ 117 MLA ਸੀ, ਠੀਕ ਹੈ, ਔਰ ਇਕੱਲਾ ਇੱਕ ਕੁਲਵੀਰ ਸਿੰਘ ਜੀਰਾ ਸੀ ਜਿਹੜਾ ਉੱਥੇ ਧਰਨੇ 'ਤੇ ਜੰਤਰ ਮੰਤਰ 'ਤੇ ਬੈਠਾ ਰਿਹਾ। MSP ਦਾ MSP ਗਰੰਟੀ ਕਾਨੂੰਨ ਦਾ ਤੁਹਾਡੀ ਪਾਰਟੀ ਨੇ ਵਾਅਦਾ ਕੀਤਾ, ਬਿਲਕੁਲ, ਤੇ ਤੁਹਾਡੇ ਪਿਤਾ ਜੀ ਅੱਜ ਬੇਸ਼ੱਕ ਨਹੀਂ ਨੇ ਪਰ ਉਹ ਕਿਸਾਨ ਸੈਲ ਦੇ ਪ੍ਰਧਾਨ ਵੀ ਰਹੇ, ਉਹਨਾਂ ਨੇ ਕਈ ਬਾਦਲ ਸਾਹਿਬ ਦੀ ਗੱਡੀ ਰੋਕੀ, ਠੀਕ ਹੈ। ਤਾਂ ਤੁਸੀਂ ਸਮਝਦੇ ਹੋ ਕਿ ਉਹ ਮੋਦੀ ਨੂੰ ਖੂਨ ਦਾ ਪਿਆਲਾ ਦਿੱਤਾ, ਮੇਰੇ ਬਾਪੂ ਨੂੰ ਤਾਂ ਸੱਚੀ ਸੁੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗਾ, ਹਰੇਕ ਆਵਾਜ਼ ਜਿਹੜੀ ਹੈ ਉੱਥੇ ਉਠਾਵਾਂਗਾ ਔਰ ਮਸਲੇ ਜਿਹੜੇ ਉਹ ਹੱਲ ਕਰਾਵਾਂਗਾ। ਅੱਛਾ, ਜੇ ਤੁਹਾਨੂੰ ਮੌਕਾ ਮਿਲ ਜਾਂਦਾ, ਜੇ ਸਰਕਾਰ ਤੁਹਾਡੀ ਬਣ ਜਾਂਦੀ ਹੈ ਤਾਂ ਬਾਅਦ ਵਿੱਚ ਕਹਿੰਦੇ ਨੇ ਕਿ ਪਹਿਲਾਂ ਬਹੁਤ ਕੁਛ ਪਾਰਟੀਆਂ ਕਹਿੰਦੀਆਂ ਉਹ ਬਾਅਦ ਵਿੱਚ ਗੱਲਾਂ ਸੱਜੇ ਖੱਬੇ ਹੋ ਜਾਂਦੀਆਂ, ਤਾਂ ਫਿਰ ਜੇ MSP ਗਰੰਟੀ ਕਾਨੂੰਨ ਫਿਰ ਵੀ ਲਟਕ ਗਿਆ ਤਾਂ ਕੁਲਵੀਰ ਜੀਰਾ ਦਾ ਕੀ ਸਟੈਂਡ ਰਹੂਗਾ? ਗੱਲ ਇਹ ਹੈ ਕਿ ਪਹਿਲਾਂ ਸਟੈਂਡ ਨਸ਼ੇ 'ਤੇ ਕੀ ਸੀ, ਮੈਂ ਹੀ ਸਸਪੈਂਡ ਹੋਇਆ, ਹੋਰ ਕੋਈ MLA ਅਜੇ ਤੱਕ ਸਸਪੈਂਡ ਹੋਇਆ? ਗੱਲ ਇਹ ਕਿ ਜੀਰੇ ਨੂੰ ਬੋਲਣਾ ਵੀ ਆਉਂਦਾ, ਆਵਾਜ਼ ਆਪਦੀ ਗੱਲ ਵੀ ਰੱਖਣੀ ਆਉਂਦੀ ਅਤੇ ਪੂਰੀ ਵੀ ਕਰਾਉਣੀ ਆਉਂਦੀ ਹੈ। ਆਹ ਲਾਲਜੀਤ ਭੁੱਲਰ ਬਣਿਆ ਨਾ, ਇਹ ਗੱਲਾਂ ਕਰਦਾ ਵੱਡਾ, ਇਹਨੂੰ ਕਹੋ ਕਿ ਜੀਰੇ ਦਾ ਰਿਕਾਰਡ ਕਢਾ ਲਏ ਕਿੰਨੇ ਦੇ ਕੰਮ ਹੋਏ ਨੇ ਮੇਰੇ। ਸਪਸ਼ਟ ਬਿਆਨ ਚਾਹੁੰਦਾ ਮੈਂ ਤੁਹਾਡਾ ਕਿ ਜੇ MSP ਗਰੰਟੀ ਕਾਨੂੰਨ ਤੋਂ ਸੱਜੇ ਖੱਬੇ ਕੋਈ ਗੱਲ ਹੋਈ ਤਾਂ ਕੁਲਵੀਰ ਜੀਰਾ ਦਾ ਕੀ ਸਟੈਂਡ ਹੋਊਗਾ? ਜੇ ਜਿੱਤ ਜਾਂਦੇ ਆ ਤੇ ਸਰਕਾਰ ਕੁਲਵੀਰ ਜੀਰਾ ਕਿਸਾਨਾਂ ਨਾਲ ਖੜੂਗਾ ਨਾ ਕਿ ਪਾਰਟੀ ਨਾਲ ਖੜੂ, ਇਦੂ ਤੇ ਤਾਂ ਕੋਈ ਗੱਲ ਨਹੀਂ। ਇਹਦਾ ਭਾਵ ਕੀ ਸਮਝੀ? ਜੇ ਰਾਹੁਲ ਗਾਂਧੀ ਨੇ ਗਰੰਟੀ ਦਿੱਤੀ ਤੇ ਰਾਹੁਲ ਗਾਂਧੀ ਇੱਕ ਉਹ ਲੀਡਰ ਆ ਜਿਹਨੇ ਮੁਹੱਬਤ ਦੀ ਦੁਕਾਨ ਖੋਲੀ ਹੈ, ਜਿਹੜਾ ਹਰ ਵਰਗ ਨੂੰ ਨਾਲ ਲੈ ਕੇ ਚੱਲਿਆ, ਔਰ ਰਾਹੁਲ ਗਾਂਧੀ 'ਤੇ ਸਾਨੂੰ ਇੰਨਾ ਕੁ ਮਾਣ ਆ, ਜਿਹੜੀ ਜਿਹੜੀ ਸਟੇਟ ਦੇ ਵਿੱਚ ਸਰਕਾਰ ਬਣੀ ਹੈ ਉੱਥੇ ਜੋ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ ਆ। ਆਖਰੀ ਸੁਨੇਹਾ ਕੀ ਦੇਣਾ ਚਾਹੋਗੇ ਖੜੂਰ ਸਾਹਿਬ? ਆਖਰੀ ਸੁਨੇਹਾ ਇਹੀ ਆ ਕਿ ਗੱਲ ਇਹ ਆ ਕਿ ਆਹ ਜਿਹੜੀ ਮੇਰੇ ਸਿਰ 'ਤੇ ਪੱਗ ਆ, ਇਹ ਪੱਗ ਦਾ ਉਦਣ ਅਹਿਸਾਸ ਹੋਇਆ ਕਿ ਜਿੱਦਣ ਮੇਰੇ ਪਿਤਾ ਜੀ ਦਾ ਭੋਗ ਸੀ, ਔਰ ਭੋਗ 'ਤੇ ਜਦੋਂ ਪੱਗ ਰੱਖੀ ਗਈ ਤਾਂ ਉਦੋਂ ਬਾਅਦ ਪਤਾ ਲੱਗਾ ਪਰਿਵਾਰਕ ਜ਼ਿੰਮੇਵਾਰੀਆਂ, ਇਲਾਕੇ ਦੀਆਂ ਜ਼ਿੰਮੇਵਾਰੀਆਂ ਦਾ, ਕਿਉਂਕਿ ਬਾਪੂ ਦੇ ਸਿਰ 'ਤੇ ਬਹੁਤ ਸੁੱਖ ਲਿਆ ਸੀ। ਇਸ ਕਰਕੇ ਹੁਣ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹ ਜ਼ਿੰਮੇਵਾਰੀ ਨੂੰ ਜਿਹੜਾ ਉਹ ਤਨਦੇਹੀ ਨਾਲ ਨਿਭਾਵਾਂਗਾ, ਔਰ ਇਹ ਜਿਹੜੀ ਪੱਗ ਅੱਗੇ ਇਕੱਲੀ ਜੀਰੇ ਹਲਕੇ ਦੀ ਪੱਗ ਸੀ, ਹੁਣ ਸ਼੍ਰੀ ਖਡੂਰ ਸਾਹਿਬ ਦੇ ਨੌਂ ਹਲਕਿਆਂ ਦੀ ਇਹ ਪੱਗ ਆ, ਔਰ ਇਸ ਪੱਗ ਨੂੰ ਉੱਚਾ ਕਰਕੇ ਰੱਖਾਂਗੇ, ਇਹਦੀ ਸ਼ਾਨ ਵਧਾਵਾਂਗਾ, ਔਰ ਜਿਹੜੇ ਜਿਹੜੇ ਵਾਅਦੇ ਕੀਤੇ ਨੇ, ਚਾਹੇ ਬਾਰਡਰ ਖੁਲਾਉਣ ਦੀ ਹੈ, ਚਾਹੇ ਸ਼੍ਰੀ ਖਡੂਰ ਸਾਹਿਬ ਹਲਕੇ ਨੂੰ ਹੈਰੀਟੇਜ ਦਾ ਦਰਜਾ ਦਿਵਾਉਣ ਦੀ ਗੱਲ ਕਰ ਲਈਏ, ਚਾਹੇ ਇੰਡਸਟਰੀ ਲਿਆਉਂਦੀ, ਔਰ ਸਭ ਤੋਂ ਵੱਡੀ ਗੱਲ ਆ ਨਸ਼ੇ ਦੇ ਮੁੱਦੇ 'ਤੇ, ਨਸ਼ੇ ਦੇ ਮੁੱਦੇ 'ਤੇ ਜਿਹੜੀ ਆ ਕਿ ਉਹ ਮੇਰੀ ਪਹਿਲ ਕਦਮੀ ਹੋ ਗਈ, ਕਿਉਂਕਿ ਅੱਜ ਜਿਹੜੇ ਪੰਜਾਬ ਦੀਆਂ ਮਾਵਾਂ ਨੇ ਅੱਜ ਉਹ ਰੋਂਦੀਆਂ ਫਿਰਦੀਆਂ ਨੇ। ਇਸ ਕਰਕੇ ਮੈਂ ਕਹਿੰਦਾ ਕਿ ਮੇਰੇ 'ਤੇ ਵਿਸ਼ਵਾਸ ਕਰੋ, ਔਰ ਇੱਕ ਇੱਕ ਮੇਰੀ ਕੀਤੀ ਗੱਲ ਜਿਹੜੀ ਹੈ, ਇੱਕ ਇੱਕ ਵਾਅਦਾ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਉਹਦੇ 'ਤੇ ਮੈਂ ਪੂਰਾ ਉਤਰ ਸਕਾਂ, ਕਿਉਂਕਿ ਮੈਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਿਹੜਾ ਹਮੇਸ਼ਾ ਚੱਲਦਾ ਵਾਂ, ਔਰ ਇੰਨਾ ਕੁਛ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਕੁਲਵੀਰ ਸਿੰਘ ਜੀਰਾ ਹੋਣੀ ਅਪੀਲ ਕਰ ਰਹੇ ਨੇ, ਅਪੀਲ ਸਾਰੇ ਕਰ ਰਹੇ ਨੇ, ਪਰ ਕਿਹਦੀ ਅਪੀਲ ਦਾ ਖਡੂਰ ਸਾਹਿਬ ਹਲਕੇ ਦੇ ਵਿੱਚ ਅਸਰ ਹੋਣਾ ਅਤੇ ਕਿਸਦੀ ਝੋਲੀ ਜਿੱਤ ਪਾਉਣੀ ਹੈ, ਇਹ ਤਾਂ ਵੋਟਾਂ ਵਾਲੇ ਦਿਨ ਅਤੇ ਨਤੀਜੇ ਵਾਲੇ ਦਿਨ ਸਪਸ਼ਟ ਹੋਵੇਗਾ। ਫਿਲਹਾਲ ਮੇਰੇ ਸਹਿਯੋਗੀ ਕੈਮਰਾਮੈਨ ਵਿਨੋਦ ਕੁਮਾਰ ਅਤੇ ਮੈਨੂੰ ਰੁਪਿੰਦਰ ਸਿੰਘ ਬਰਾਨੀ ਤੋਂ ਇਜਾਜ਼ਤ, ਧੰਨਵਾਦ।